ਮਹਾਰਾਜ ਜੀ ਕਹਿੰਦੇ ਇੱਕ ਸਵਾਸ ਦੀ ਵੀ ਗਰੰਟੀ ਨਹੀਂ ਹੈ, ਵਾਕਈ ਨਹੀਂ ਹੱਥਾਂ ਸੰਗਤ। ਸਵਾਸ ਅਗਲਾ ਆਉਣਾ ਜਾਂ ਨਾ ਆਉਣਾ ਉਹਦੇ ਹੱਥ ਵਿੱਚ ਹੈ। ਜਿਹੜਾ ਲੰਘ ਚੁੱਕਿਆ ਉਹ ਆਪਣਾ ਜੀਵਨ ਲੰਘ ਗਿਆ ਹੈ, ਬਣਨਾ ਉਹਦੇ ਨਾਲ ਵੀ ਕੁਛ ਨਹੀਂ, ਆਉਣ ਵਾਲੇ ਦੀ ਗਰੰਟੀ ਕੋਈ ਨਹੀਂ, ਫਿਰ ਕਿਹੜੀ ਹੋਰ ਕਿਹੜੀ ਗੱਲ ਰਹਿ ਗਈ। ਇੱਕ ਸਵਾਸ ਉਹ ਹੈ ਆਪਣੇ ਪਾਸ, ਇਹਨੂੰ ਪ੍ਰੈਜੈਂਟ ਕਹਿੰਦੇ ਨੇ, ਵੈ ਇਹਦੇ 'ਤੇ ਵਾਹਿਗੁਰੂ ਕਹਿ ਲੈ, ਇਹਨੂੰ ਹੀ ਕਹਿੰਦੇ ਇੱਕ ਇੱਕ ਦਮ 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 ਸਦਾ ਸੰਭਾਲਦਾ, ਸੰਭਾਲ ਲੈ ਇੱਕ ਇੱਕ ਦਮ ਨੂੰ, ਸੰਭਾਲ ਲੈ ਦਮ ਨਾ ਵਿਰਥਾ ਜਾਏ। ਆਹ ਸਮਾਂ ਇੱਕ ਇੱਕ ਸਵਾਸ ਨੂੰ ਲੇਖੇ ਵਿੱਚ ਪਾ ਜਾਏ, ਜਿਹੜੇ ਕਿ ਬੇਅਰਥ ਯਾਦ ਹੈ। ਜਿੰਨੀ ਦੇਰ ਬੰਦਗੀ ਨਹੀਂ ਕਰਦਾ ਸਭ ਬੇਅਰਥ, ਕਾਹੇ ਜਾ ਗਾਏ ਰਾਮ ਰਾਜੇ, ਉਹਨਾਂ ਦਾ ਉਹਨਾਂ ਹੀ ਦਰਕਾਰ ਹੈ ਭਾਈ, ਉਹਨਾਂ ਦੇ ਸਵਾਸ ਬੇਅਰਥ ਜਾ ਰਹੇ ਨੇ। ਕਈ ਦ੍ਰਿਸ਼ਟਾਂਤ ਮਹਾਰਾਜ ਜੀ ਦਿਆ ਕਰਦੇ। ਇੱਕ ਕੋਈ ਜ਼ਿਮੀਂਦਾਰ ਦਰਿਆ ਦੇ ਕਿਨਾਰੇ ਉਹਦਾ ਖੇਤ ਸੀ, ਅਤੇ ਉਹਨੇ ਫਿਰ ਗੋਪੀਏ ਕਹਿੰਦੇ ਨੇ ਮਿੱਟੀ ਦੀਆਂ ਗੋਲੀਆਂ ਜੀਆਂ ਵੱਟ ਲੈਣੀਆਂ, ਗਲੇਲੇ ਵਿੱਚ ਪਾ ਲੈਣੀਆਂ ਅਤੇ ਜਾਨਵਰਾਂ ਦੇ ਮਾਰਨੀਆਂ, ਉਹਨਾਂ ਨੂੰ ਉਡਾਉਣਾ ਵੀ ਮੇਰੀ ਖੇਤੀ ਖਰਾਬ ਕਰਦੇ ਨੇ। ਇੱਕ ਦਿਨ ਉਹਨੇ ਜਦੋਂ ਮਿੱਟੀ ਪੱਟੀ ਨਾ, ਇੱਕ ਲਾਲਾਂ ਦੀ ਗਾਗਰ ਮਿਲ ਗਈ ਉਹਨੂੰ, ਇੱਕ ਦਾ ਕਰੋੜਾਂ ਅਰਬਾਂ ਖਰਬਾਂ ਕੀਮਤ, ਪਰ ਉਹਨੂੰ ਨਹੀਂ ਸੀ ਪਤਾ, ਉਹ ਗਿਆਨ ਸੀ ਉਹਦਾ, ਉਹਦੀ ਭੁੱਲ ਸੀ, ਜਹਾਲਤ ਸੀ। ਉਹਨੇ ਉਹ ਵੀ ਉਸੇ ਤਰ੍ਹਾਂ ਸਾਰਾ ਦਿਨ ਚਲਾਈ ਗਿਆ, ਇੱਕ ਰੱਖ ਲਿਆ, ਕਹਿੰਦਾ ਸੋਹਣਾ ਬੜਾ ਲੱਗਦਾ ਹੈ ਇਹ, ਮੈਂ ਆਪਣੇ ਬੇਟਾ ਜਿਹੜਾ ਛੋਟਾ ਜਿਹਾ ਉਹਦੀ ਲਬੋਰਟਰੀ ਉਹ ਜਿਹੜੀ ਤੈਰਾਕੀ ਹੁੰਦੀ ਆ ਉਹ 'ਚ ਪਾਊਂਗਾ ਮੈਂ। ਚਲੋ ਜੀ, ਉਹਨੂੰ ਕਦਰ ਹੈ ਨਹੀਂ ਸੀ, ਪਾ ਦਿੱਤਾ। ਕੁਦਰਤੀ ਕਿਤੇ ਜਵਾਰੀ ਉਹ ਬੱਚਾ ਖੇਡਦਾ ਸੀ, ਜਵਾਰੀਆਂ ਦੀ ਨਿਗਾਹ ਬੜੀ ਤੇਜ਼ ਹੁੰਦੀ ਹੈ, ਉਹ ਹੈਰਾਨ ਜਿਹਾ ਹੋ ਗਿਆ ਵੀ ਹੈ ਇੰਨਾ ਕੀਮਤੀ ਲਾਲ ਇਹ ਇਹ ਤੈਰਾਕੀ ਵਿੱਚ ਪਾਇਆ ਹੋਇਆ ਹੈ। ਉਹਨੇ ਪੁੱਛਿਆ ਬੱਚਾ ਕਿਹਦਾ, ਬੱਚੇ ਵਾਲੇ ਕਹਿੰਦੇ ਸਾਡਾ ਹੈ ਬਈ, ਆਹ ਤੈਰਾਕੀ ਵੀ ਜਿਹੜਾ ਪਾਇਆ ਇਹ ਤੁਸੀਂ ਵੇਚਣਾ ਹੈ ਨਾ। ਉਹ ਕਹਿੰਦਾ ਜੀ ਵੇਚਣ ਨੂੰ ਕੀ ਆ, ਤੁਸੀਂ ਲੈ ਜਾਓ। ਕਿੰਨੇ ਪੈਸੇ ਨੇ, ਕਹਿੰਦਾ ਪੈਸਿਆਂ ਦੀ ਤਾਂ ਕੋਈ ਦੇਖੋ, ਉਹ ਇਮਾਨਦਾਰ ਸੀ ਬੰਦਾ, ਕਹਿੰਦਾ ਪੈਸਿਆਂ ਦਾ ਗਿਣਤੀ ਮਿਣਤੀ ਤਾਂ ਕੋਈ ਨਹੀਂ ਹੈ, ਕਰੋੜਾਂ ਵੀ ਕਹਿ ਦਈਏ ਅਰਬਾਂ ਵੀ ਕਹਿ ਦਈਏ ਇੰਨੀ ਕੀਮਤ ਹੈ ਇਹਦੀ। ਜਦੋਂ ਘਰ ਵਾਲੇ ਨੇ ਇਹ ਗੱਲ ਸੁਣੀ ਨਾ ਬਈ ਇਹਦੀ ਇੰਨੀ ਕੀਮਤ, ਅਤੇ ਉਹਨੇ ਸਾਰੇ ਇਹੋ ਜਿਹੇ ਲਾਲ ਦਰਿਆਵੇ ਸਿਰ ਦਿੱਤੇ ਸਨ। ਕਹਿੰਦੇ ਉਸੇ ਵੇਲੇ ਗਥੀ ਖਾ ਕੇ ਮਰ ਗਿਆ। ਇਹ ਤਾਂ ਇੱਕ ਦ੍ਰਿਸ਼ਟਾਂਤ ਹੈ, ਇਹ ਜੀਵ ਇਹ ਕੀਮਤੀ ਲਾਲ ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ ਲੱਖਾਂ ਨੂੰ ਇਹਨੇ ਮੁੜਨਾ ਨਹੀਂ, ਪਰ ਇੱਕ ਇੱਕ ਦੀ ਕੀਮਤ ਨਹੀਂ ਹੈ, ਕਰੋੜਾਂ ਅਰਬਾਂ ਦਾ ਵੀ ਕਹਿ ਦਈਏ ਤਾਂ ਵੀ ਨਹੀਂ ਕਹਿ ਸਕਦੇ, ਤਾਂ ਵੀ ਨਹੀਂ ਹੈ। ਹੱਥ ਨਾ ਆਵੇ ਲੱਖੀ 24,000 ਖਰਚ ਬੰਦੇ ਦਾ, ਵਾਧਾ ਮੂਲ ਨਾ ਥੀਵੇ ਜਿਸ ਬੰਦੇ ਕੋ ਇਤਨਾ ਘਾਟਾ, ਸੌ ਬੰਦਾ ਕਿਵੇਂ ਜੀਵੇ। ਪਰ ਇਹ ਲਾਲਾਂ ਦੀ ਕੀਮਤ ਆਪਾਂ ਕਦਰ ਪਾ ਨਹੀਂ ਸਕਦੇ।
ਲੱਖਾਂ ਦੇ ਲਾਲਾਂ ਨੂੰ ਐਵੇਂ ਗਵਾਈ ਜਾਣੇ, ਲੱਖਾਂ ਦੇ ਲਾਲਾਂ ਨੂੰ ਐਵੇਂ ਗਵਾਈ ਜਾਣੇ, ਲੱਖਾਂ ਦੇ ਅੱਜ ਦੇ ਵਿਚਾਰ ਚੋਂ ਇੱਕ ਨਿਚੋੜ ਆਪਾਂ ਕੱਢ ਲਓ ਵੀ ਅੱਜ ਤੋਂ ਇੱਕ ਕੰਮ ਜ਼ਰੂਰ ਕਰੋ, ਭੁੱਲਿਓ ਨਾ, ਕਿਉਂਕਿ ਬੰਦਗੀ ਕਰਨ ਵਾਲੇ ਸਾਰੇ ਹੋਣਗੇ, ਪਰ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਵੀ ਇੱਕ ਜਪਜੀ ਸਾਹਿਬ ਦਾ ਪਾਠ ਕੀਤੇ ਬਿਨਾਂ ਅੰਨ ਜਲ ਨਾ ਜਾਗਿਆ, ਸੱਜ ਤੋਂ ਭਰਨ ਕਰ ਲਓ, ਸਿਰਫ ਇੱਕ ਵੱਧ ਨਹੀਂ, ਵੱਧ ਜਿੰਨੇ ਮਰਜ਼ੀ ਕਰੋ ਜੀ, ਸਦਕੇ ਛਾਵਾ ਚ ਬਲਿਹਾਰੇ ਜਾਈਏ, ਫਿਰ ਹੋਂ ਕੁਰਬਾਨੇ ਜਾਓ ਮਿਹਰਬਾਨਾ, ਹੋਂ ਕੁਰਬਾਨੇ ਜਾਓ, ਹੋਂ ਕੁਰਬਾਨੇ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤਿਨਾ ਕਹਿ ਹੋਂ ਸਦ ਕੁਰਬਾਨੇ ਜਾਓ। ਪਰ ਇੱਕ ਬੇਨਤੀ ਮੇਰੀ ਅੱਜ ਦੀ ਜ਼ਰੂਰ ਮੰਨ ਲਿਓ ਬਈ, ਜਪਜੀ ਸਾਹਿਬ ਦਾ ਪਾਠ ਕੀਤੇ ਬਿਨਾਂ ਅੰਨ ਜਲ ਨਹੀਂ ਚੱਕਣਾ ਹੈ, ਪੱਕਾ ਕਰ ਲਿਓ। ਦਸ ਪੰਦਰਾਂ ਵੀਹ ਮਿੰਟ ਕੀ ਗੱਲ ਹੈ, ਇਸ਼ਨਾਨ ਕਰਕੇ ਅਤੇ ਇੱਕ ਨੇਮ ਬਣ ਜੂਗਾ, ਹੌਲੀ ਹੌਲੀ ਅੱਗੇ ਆਪਾਂ ਸਟੈਪ ਬਾਈ ਸਟੈਪ ਵਿਚਾਰਾਂ ਕਰਦੇ ਜਾਵਾਂਗੇ। ਜਿਹੜੀ ਮੰਜ਼ਿਲ 'ਤੇ ਮਹਾਰਾਜ ਜੀ ਪਹੁੰਚੇ ਅਤੇ ਉਹਨਾਂ ਨੇ ਕਿਵੇਂ ਕਮਾਈਆਂ ਕੀਤੀਆਂ, ਉਹ ਆਪੇ ਹੌਲੀ ਹੌਲੀ ਵਿਚਾਰ ਹੁੰਦੀ ਰਹੇਗੀ। ਰਾਜੇ ਜਨਕ ਦੀ ਸਾਖੀ, ਸੁਖਦੇਵ ਮੁਨੀ ਜੀ ਦੀ ਸਾਖੀ, ਉਹ ਵੀ ਨਾਲ ਹੌਲੀ ਹੌਲੀ ਵੀ ਉਹਨਾਂ 'ਚੋਂ ਤੱਤ ਕੀ ਨਿਕਲਦਾ ਉਹ ਵੀ ਮਹਾਰਾਜ ਨੇ ਕਿਰਪਾ ਕਰਨੀ ਹੈ। ਆਓ, ਸਮਾਂ ਹੋ ਗਿਆ, ਗੁਰੂ ਸਤੋਤਰ ਵਿੱਚ ਬੋਲੋ, ਅਰਦਾਸ ਵਿੱਚ ਸਾਵਧਾਨ ਹੋਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ, ਸਤਿਗੁਰੂ ਜੀ ਨੂੰ ਨਿੱਘੀ ਵਧਾਈ ਦੇ ਕੇ ਗੁਰੂ ਗੁਰੂ ਜਪਦੇ ਜਾਣਾ। ਕੱਲ ਨੂੰ ਫਿਰ ਸਮੇਂ ਸਿਰ ਆ ਕੇ ਲਾਭ ਉਠਾਓ ਜੀ। ਧੰਨ ਹੈ